ਸਤਿ ਸ਼੍ਰੀ ਅਕਾਲ, ਮੈਂ ਰਾਘਵ ਜੈਨ ਤੇ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ। ਬਾਬਾ ਸਿੱਦਕੀ ਮਰਡਰ ਕੇਸ ਵਿੱਚ ਚੌਥਾ ਆਰੋਪੀ, ਅਸੀਂ ਉਹਦੇ ਘਰ ਦੇ ਬਾਹਰ ਮੌਜੂਦ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਬਾਹਰ ਜਿਹੜਾ ਕੀ ਹੈ ਤਾਲਾ ਲੱਗਾ ਹੋਇਆ ਵੈ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਅੱਗੇ ਆ ਕੇ ਦਿਖਾਵੇ ਕਿ ਇਹ ਉਹੀ ਘਰ ਹੈ ਜਿੱਥੇ ਉਹ ਰਹਿੰਦਾ ਹੈਗਾ ਵੈ, ਤੇ ਉਹਦੇ ਫਾਦਰ ਤੇ ਉਹਦਾ ਬ੍ਰਦਰ ਪਿਛਲੇ 15 ਕੁ ਦਿਨ ਤੋਂ ਇੱਥੋਂ ਫਰਾਰ ਹੋਏ ਪਏ ਆ, ਕਿਉਂਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ 15 ਕੁ ਦਿਨਾਂ ਤੋਂ ਇੱਥੇ ਉਹ ਬਿਲਕੁਲ ਵੀ ਨਜ਼ਰ ਨਹੀਂ ਆਇਆ। ਤੁਹਾਨੂੰ ਦੱਸ ਦਈ ਕਿ ਇਹ ਜਸ਼ੀਨ ਅਖਤਰ ਦਾ ਘਰ ਜੋ ਕਿ 10ਵੀਂ ਤੱਕ ਪੜਿਆ ਹੋਇਆ ਵੈ, ਤੇ ਉਸ ਤੋਂ ਬਾਅਦ ਪਿੰਡ ਵਿੱਚ ਉਹਦੇ ਬਾਪੂ ਦੀ ਕਿਸੇ ਨਾਲ ਲੜਾਈ ਹੁੰਦੀ ਹੈ, ਤੇ ਉਸ ਤੋਂ ਬਾਅਦ ਕ੍ਰਾਈਮ ਦੀ ਦੁਨੀਆ ਵਿੱਚ ਉਹ ਕਦਮ ਰੱਖਦਾ ਹੈਗਾ, ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਉਹ ਲੋਰੈਂਸ ਗੈਂਗ ਨਾਲ ਮਿਲਦਾ ਹੈਗਾ, ਤੇ ਹੁਣ ਇੱਕ ਵੱਡੇ ਮਰਡਰ ਕੇਸ ਵਿੱਚ ਉਹਦਾ ਨਾਮ ਵੀ ਆਇਆ ਵੈ। ਪਿੰਡ ਦੇ ਲੋਕ ਵੀ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰਾਂਗੇ ਕਿਉਂਕਿ ਜਸ਼ੀਨ ਦਾ ਨਾਮ ਇੱਕ ਵੱਡੇ ਮਰਡਰ ਕੇਸ 'ਚ ਆਇਆ। ਕਿਸ ਤਰ੍ਹਾਂ ਇਹ ਪੂਰੇ ਕ੍ਰਾਈਮ ਦੀ ਦੁਨੀਆ 'ਚ ਪਹੁੰਚਿਆ ਹੈਗਾ ਵੈ, ਤੇ ਕਿਵੇਂ ਤੁਹਾਨੂੰ ਪਤਾ ਲੱਗਾ ਇਸ ਬਾਰੇ ਹਜੇ ਤੱਕ? ਮੈਨੂੰ ਤੇ ਕੱਲ ਨਿਊਜ਼ ਦੇ ਵਿੱਚ ਪਤਾ ਲੱਗਾ, ਜਦੋਂ ਨਿਊਜ਼ ਚੱਲਦੀ ਸੀ ਰਾਤ ਉਦੋਂ ਪਤਾ ਲੱਗਾ ਵੀ ਇਹਦਾ ਨਾਂ ਆਇਆ ਵਿੱਚ, ਤੇ ਤੁਹਾਡੇ ਮਾਧਿਅਮ ਰਾਹੀਂ ਮੀਡੀਆ ਰਾਹੀਂ ਪਤਾ ਲੱਗਾ। ਕਿਉਂਕਿ 10ਵੀਂ ਤੱਕ ਪੜਿਆ ਹੋਇਆ, ਟਾਈਲਾਂ ਦਾ ਕੰਮ ਕਰਦੇ ਸੀ ਬਾਪੂ, ਹੁਣੀ ਆਪ ਵੀ ਕਰਦਾ ਸੀਗਾ, ਤੇ ਕਿਵੇਂ ਫਿਰ ਇਹ ਜੁਰਮ ਦੀ ਦੁਨੀਆ 'ਚ ਕਿੱਦਾਂ ਪਹੁੰਚ ਗਿਆ? ਬਹੁਤ ਵਧੀਆ ਸੀ, ਸਾਰਾ ਕੁਝ ਠੀਕ ਸੀ। ਇਹ ਤਾਂ ਜਦੋਂ ਇਹਦੇ ਪਾਪਾ ਦੀ ਲੜਾਈ ਹੋਈ ਆ, ਉਦੋਂ ਬਾਅਦ ਦੇ ਵਿੱਚ ਬਾਅਦ 'ਚ ਇੱਧਰ ਨੂੰ ਦੂਸਰੇ ਪਾਸੇ ਹੋ ਗਿਆ, ਇੱਧਰ ਬਿਸ਼ਨੋਈ ਗਿਆ ਗੱਲ ਨੂੰ। ਨਹੀਂ ਤਾਂ ਪਹਿਲਾਂ ਸਭ ਕੁਝ ਠੀਕ ਸੀਗਾ, ਘਰ ਵੀ ਸਭ ਠੀਕ ਸੀ। ਭਰਾ ਵਗੈਰਾ ਕੀ ਕਰਦੇ ਤੇ? ਭਰਾ ਵੀ ਟੈਲ ਦਾ ਕੰਮ ਕਰਦਾ, ਟੈਲ ਦਾ ਕੰਮ ਕਰਦੇ ਸੀ। ਹਾਂਜੀ, ਮੰਮੀ ਬਹੁਤ ਵਧੀਆ ਸੀ ਇਹਦੇ, ਬਹੁਤ ਵਧੀਆ, ਸਾਰੀ ਫੈਮਿਲੀ ਦਾ ਸੁਭਾਅ ਸੀ। ਤੇ ਉਦੋਂ ਬਾਅਦ ਦੇ ਵਿੱਚ ਬਸ ਵਾਪਸ ਆਇਆ ਹੀ ਨਹੀਂ। ਤੇ ਕੱਲ ਪੁਲਿਸ ਵਗੈਰਾ ਵੀ ਆਈ ਇੱਥੇ? ਆਏ ਸੀ, ਬਸ ਪੁੱਛਦੇ ਸੀ, ਘਰ ਦਾ ਪੁੱਛਦੇ ਸੀ, ਮੋਬਾਈਲ ਨੰਬਰ ਪੁੱਛਦੇ ਸੀ, ਪਰ ਕਿਸੇ ਤੋਂ ਹੈ ਹੀ ਨਹੀਂ ਸੀ ਮੋਬਾਈਲ ਨੰਬਰ। ਠੀਕ ਹੈ ਜੀ, ਤੇ ਆਪ ਤੇ 15 ਕੁ ਦਿਨ ਤੋਂ ਹੈ ਹੀ ਨਹੀਂ ਇੱਥੇ, ਘਰੇ ਹੈ ਹੀ ਨਹੀਂ। ਬਿਲਕੁਲ, ਇਹ ਗਵਾਂਢੀ ਹੈਗੇ ਆ ਜਿਹੜੇ ਬਿਲਕੁਲ ਨਾਲ ਘਰ ਲੱਗਦਾ ਵੈ, ਕੋਈ ਹਿਲਜੁਲ ਸੀਗੀ? ਪਤਾ ਲੱਗਾ ਤੁਹਾਨੂੰ ਕੁਝ ਘਰ ਦੀ? ਨਹੀਂ ਨਹੀਂ ਪਤਾ ਸੀ ਕੁਝ ਇਸ ਬਾਰੇ, ਕਿਉਂਕਿ ਗਵਾਂਢੀ ਆ, ਮੱਥਾ ਨਾਲ ਲੱਗਦਾ ਹੈਗਾ ਕਈ ਵਾਰੀ ਗੱਲ ਹੁੰਦੀ ਕਿ ਯਾਰ ਮੇਰਾ ਮੁੰਡਾ ਇਹ ਕੰਮ 'ਚ ਫਸ ਗਿਆ, ਕੁਝ ਏਦਾਂ। ਨਹੀਂ ਨਹੀਂ, ਏਦਾਂ ਦੀ ਕੋਈ ਗੱਲਬਾਤ ਨਹੀਂ। ਕੀ ਤੁਹਾਨੂੰ ਲੱਗਦਾ ਕਿ ਉਹਦੇ ਪਿਤਾ ਸ਼੍ਰੀ ਨੂੰ ਇਹ ਪਤਾ ਹੋਊਗਾ ਚੀਜ਼ਾਂ ਹੋ ਰਹੀਆਂ ਸੀ ਚੀਜ਼ਾਂ? ਪਤਾ ਨਹੀਂ, ਏਦਾਂ ਇਹਦੇ ਬਾਰੇ ਸਾਨੂੰ ਨਹੀਂ। ਬਿਲਕੁਲ ਨਾਲ, ਬਿਲਕੁਲ ਗਵਾਂਢੀ, ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਜਸ਼ਨ ਦੇ ਘਰਦਿਆਂ 'ਚ ਜਿਹੜੀ ਹਿਲਜੁਲ ਹੋਈ, ਕਿਉਂਕਿ ਇੰਨਾ ਕੁ ਪਤਾ ਕਿ ਪਿਛਲੇ 15 ਕੁ ਦਿਨ ਤੋਂ ਨਜ਼ਰ ਨਹੀਂ ਆਏ ਹੈਗੇ ਆ। ਤੇ ਤਸਵੀਰ ਦੇਖ ਸਕਦੇ ਹੋ ਘਰ ਦੇ ਬਾਹਰ ਦੀ, ਘਰ ਦੇ ਹਾਲਾਤ ਦੇਖ ਸਕਦੇ ਹੋ, ਕਿਉਂਕਿ ਟਾਈਲਾਂ ਲਾਉਣ ਦਾ ਕੰਮ ਕਰਦੇ ਸੀਗੇ ਜਸ਼ੀਨ ਦੇ ਪਿਤਾ ਦੇ ਪਿੰਡ ਵਿੱਚ ਲੜਾਈ ਹੁੰਦੀ, ਤੇ ਉਸ ਤੋਂ ਬਾਅਦ ਉੱਥੇ ਕਹਿ ਸਕਦੇ ਕ੍ਰਾਈਮ ਦੀ ਦੁਨੀਆ 'ਚ ਕਦਮ ਰੱਖਿਆ ਜਾਂਦਾ। ਉਸ ਤੋਂ ਬਾਅਦ ਪਟਿਆਲਾ ਜੇਲ੍ਹ ਵਿੱਚ ਰਿਹਾ ਹੋਇਆ, ਤੇ ਸੋਰਸਿਸ ਤੋਂ ਪਤਾ ਲੱਗਦਾ ਕਿ ਪਟਿਆਲਾ ਜੇਲ੍ਹ ਵਿੱਚ ਹੀ ਜਿਹੜਾ ਕੀ ਹੈ ਲੋਰੈਂਸ ਬਿਸ਼ਨੋਈ ਗੈਂਗ ਨਾਲ ਜਿਹੜੀ ਕਿ ਮੁਲਾਕਾਤ ਹੁੰਦੀ ਹੈ, ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਮੁੰਬਈ ਪਹੁੰਚਦਾ ਹੈਗਾ, ਕਿਸ ਤਰ੍ਹਾਂ ਪੂਰੀ ਪਲੈਨਿੰਗ ਵਿੱਚ ਆਉਂਦਾ ਹੈ, ਤਾਂ ਫਿਲਹਾਲ ਜਦੋਂ ਇਨਵੈਸਟੀਗੇਸ਼ਨ ਹੋਊਗੀ, ਜਦੋਂ ਮੁੰਬਈ ਪੁਲਿਸ ਦੇ ਹੱਥ ਲੱਗੂਗਾ, ਉਸ ਤੋਂ ਬਾਅਦ ਪਤਾ ਲੱਗੂਗਾ। ਮੈਂ ਇਹ ਬਤਾਉਣਾ ਚਾਹੂੰਗਾ, ਮੁਹੰਮਦ ਜਸੀਨ ਏਲੀਅਸ ਜੈਸੀ ਏਲੀਅਸ ਸਿਕੰਦਰ, ਇਹ ਇਸ ਪਰ ਇੱਕ ਸਨ 22 ਮੇਂ 50 ਨੰਬਰ FIR ਦਰਜ ਹੋਈ ਥੀ ਪਤਾਰਾ ਥਾਣੇ ਮੇਂ, ਔਰ ਉਸੀ ਮੇਂ ਇਸੇ 6/7/22 ਕੋ ਅਰੈਸਟ ਕੀਆ ਗਿਆ ਥਾ ਜਲੰਧਰ ਰੂਰਲ ਪੁਲਿਸ ਦੁਆਰਾ ਹੀ, ਔਰ ਤਬ ਸੇ ਲੇਕਰ ਇਹ ਅਭੀ 24 ਕੀ ਜੋ ਹੈ 7/6/24 ਤੱਕ ਇਹ ਜੇਲ੍ਹ ਮੇਂ ਹੀ ਥਾ, ਔਰ ਵਹਾਂ ਸੇ ਜੋ ਹੈ ਰਿਲੀਜ਼ ਹੋਣੇ ਕੇ ਬਾਅਦ ਇਹ ਜੋ ਹੈ ਆਪਣੇ ਗਾਓਂ ਨਹੀਂ ਆਇਆ, ਔਰ ਇਹ ਵਹੀਂ ਸੇ ਤਬ ਸੇ ਇਹ ਐਬਸਕੌਂਡ ਕਰ ਰਹਾ ਥਾ, ਕਿਉਂਕਿ ਹਮਾਰੇ SSP ਸਾਹਿਬ SPD ਸਾਹਿਬ ਇੱਕ ਐਸਾ ਮੈਕੈਨਿਜ਼ਮ ਬਣਾਇਆ ਕਿ ਜਬ ਵੀ ਕਿਸੀ ਕੀ ਬੇਲ ਹੋਤੀ ਹੈ ਤੋ ਕਿ ਹੀਨਸ ਕ੍ਰਾਈਮ ਵਾਲੇ ਕਿਸੀ ਵੀ ਕ੍ਰਿਮੀਨਲ ਕੀ ਉਸ ਪਰ ਹਮ ਕਲੋਜ਼ ਆਪਣੀ ਜੋ ਹੈ ਵਾਚ ਰੱਖਤੇ ਹੈ, ਬਟ ਇਹ ਤਬ ਸੇ ਜੋ ਹੈ ਆਪਣੇ ਐਬਸਕੌਂਡ ਕਰ ਰਹਾ ਥਾ, ਆਪਣੇ ਗਾਓਂ ਯੇ ਨਹੀਂ ਆਇਆ। ਸਰ, ਕੀ ਮੁੰਬਈ ਸੇ ਜਾਂ ਫਿਰ ਕਿਸੇ ਇੰਟੈਲੀਜੈਂਸ ਸੇ ਆਪਕੋ ਕਾਲ ਆਇਆ ਵੀ ਤੱਕ ਇਸ ਕੋ ਲੇਕਰ? ਜੀ ਹਾਂ, ਕਾਲ ਨਹੀਂ, ਬਟ ਉਨਕੇ ਆਏ ਥੇ ਵੈਸੇ ਪਰਸਨਲੀ, ਉਨਕੀ ਟੀਮਸ ਆਈ ਥੀ, ਉਨਸੇ ਬਾਤ ਵਗੈਰਾ, ਹਮਾਰਾ ਜੋ ਹੈ ਕੋਆਰਡੀਨੇਸ਼ਨ ਕਲੋਜ਼ ਚਲਤਾ ਰਹਤਾ ਹੈ। ਇਹ ਕੈਸੇ ਪਟਿਆਲਾ ਜੇਲ੍ਹ ਤੱਕ ਪਹੁੰਚੇ? ਇਹ ਕਿਆ ਸੀਧਾ ਪਟਿਆਲਾ ਜੇਲ੍ਹ ਗਿਆ ਤਾਂ ਇਸਸੇ ਪਹਿਲੇ ਕਈ ਔਰ ਜੇਲ੍ਹ ਮੇਂ? ਇਹ ਅਲੱਗ ਅਲੱਗ ਜੇਲ੍ਹ ਮੇਂ ਰਹਾ, ਇਸਸੇ ਪਹਿਲੇ ਇਹ ਕਪੂਰਥਲਾ ਜੇਲ੍ਹ ਮੇਂ ਥਾ, ਕਪੂਰਥਲਾ ਜੇਲ੍ਹ ਸੇ ਇਸਕੋ ਪਟਿਆਲਾ ਜੇਲ੍ਹ ਮੇਂ ਸ਼ਿਫਟ ਕੀਆ ਗਿਆ ਥਾ, ਵਹਾਂ ਸੇ ਮੈਨੇ ਆਪਕੋ ਬਤਾਇਆ ਵੀ ਕਿ ਇਹ 7/6/24 ਕੋ ਜੋ ਹੈ ਜੀ ਆਪਣਾ ਰਿਲੀਜ਼ ਹੋਇਆ ਥਾ। ਸਿੱਧੂ ਮੂਸੇਵਾਲਾ ਕੋ ਲਿਖਿਆ ਵੀ ਕਹਿੰਦੇ ਕਿ ਪੁਲਿਸ ਨੇ ਦਬਿਸ਼ ਦੀ ਥੀ ਜਬ ਸਿੱਧੂ ਮੂਸੇਵਾਲਾ ਦਾ ਮਰਡਰ ਹੋਇਆ ਥਾ, ਕਿਆ ਉਸ ਮੇਂ ਵੀ ਕੁਛ ਇਨਵੋਲਵਮੈਂਟ ਥੀ? ਹਾਂ, ਵੋ ਮੈਨੇ ਉਸ ਮੇਂ ਜੋ ਹੈ ਅਭੀ ਮੈਨੇ ਕੇਸ ਜੋ ਹੈ ਪ੍ਰੋਪਰਲੀ ਪੂਰਾ ਨਹੀਂ ਸਟੱਡੀ ਕੀਆ ਹੋਇਆ, ਬਟ ਮੈਂ ਦੇਖ ਲੇਤਾ ਹੂੰ ਕਿ ਕਿਆ ਹੈ ਉਸ ਮੇਂ, ਕਿਆ ਰੋਲ ਥਾ ਇਸਕਾ, ਕਿਆ ਥਾ, ਜੋ ਵੀ ਹੈ ਵੋ ਦੇਖ ਕੇ ਬਤਾ ਸਕਦੇ। ਇਸਕਾ ਬੈਕਗ੍ਰਾਉਂਡ ਕਿਆ ਹੈ ਸਰ, ਇਹ ਕਿਤਨੇ ਸਾਲ ਕੀ ਉਮਰ ਸੇ ਇਸ ਕ੍ਰਾਈਮ ਦੀ ਦੁਨੀਆ ਮੇਂ ਆ? ਜੀ ਅਭੀ ਇਸਕੇ ਜੋ ਹਮੇ ਪਤਾ ਹੈ ਕਿ ਇਸਕੇ ਉੱਪਰ 9 ਜੋ ਹੈ ਹੀਨਸ ਕ੍ਰਾਈਮ ਕੀ ਕੇਸ ਰਜਿਸਟਰ ਹੈ, ਜਿਸ ਮੇਂ ਮਰਡਰ, ਅਟੈਂਪਟ ਟੂ ਮਰਡਰ, ਡੈਕੋਟੀ ਔਰ ਸਨੈਚਿੰਗ ਵਗੈਰਾ ਕੇਸ ਜੋ ਰਜਿਸਟਰਡ ਹੈ। ਇਹ ਨਾ ਕੇਵਲ ਪੰਜਾਬ ਬਲਕਿ ਇਸਮੇਂ ਕੈਥਲ ਹਰਿਆਣੇ ਮੇਂ ਵੀ ਇਸ ਪਰ ਜੋ ਹੈ 2 ਕੇਸ ਰਜਿਸਟਰਡ ਹੈ। ਤੋ ਅਗਰ ਬਾਤ ਕੀ ਜਾਏ ਤੋ ਇਸਕੇ ਜੋ ਪਰਿਵਾਰਿਕ ਸਦਸਯ ਵੋ ਕਹਾਂ ਪਰ ਹੈ, ਗਾਓਂ ਵਾਲੇ ਕਹਿ ਰਹੇ ਕਿ 15 ਦਿਨ ਸੇ ਵਹਾਂ ਪੇ ਤਾਲਾ ਲਗਾ ਇਸਕੇ। ਇਸਕੇ ਪਰਿਵਾਰਿਕ ਸਦਸਯ ਜੋ ਇਸਕਾ ਫਾਦਰ ਹੈ ਮੁਹੰਮਦ ਜਮੀਲ ਅਖਤਰ, ਵੋ ਔਰ ਇਸਕਾ ਇੱਕ ਭਾਈ ਹੈ ਥੋੜ੍ਹਾ ਜੋ ਮੈਂਟਲੀ ਥੋੜ੍ਹਾ ਸੀਧਾ ਹੈ, ਵੋ ਦੋਨੋਂ ਮਾਰਬਲ ਲਗਾਉਣੇ ਕਾ ਕਾਮ ਕਰਤੇ ਹੈ, ਔਰ ਪਹਿਲੇ ਤੋ ਵੋ ਯਹੀਂ ਪਰ ਹੀ ਥੇ, ਬਟ ਅਭੀ ਆਪ ਹੀ ਸੇ ਪਤਾ ਚੱਲ ਰਹਾ ਹੈ ਕਿ ਵੋ ਅਭੀ ਐਬਸਕੌਂਡ ਕਰ
जी बट जो है वो पहले प्रेजेंट ही थे, बट अब उनको पता लगा होगा तो वो शायद आगे पीछे हुए होंगे, वो हम देख लेंगे उनका सारा जो भी है। और इसकी मदर और इसकी जो एक सिस्टर है उनकी डेथ हो चुकी है, और वो जो है वो लेबर का काम करते हैं यही अपना मार्बल लगाने का। सर इसने गांव में भी किसी महिला के घर पे गोलियां चलाई थी, ऐसा भी घटना सामने आई थी इसके? हाँ जी, वो सारा हमारा इन्वेस्टिगेशन उसमें हो रही है, चल रही है सारी।